ਅੱਜ ਸਾਡੇ ਐਨ ਐਸ ਐਸ ਕੈਂਪ ਦੇ ਦੂਸਰੇ ਦਿਨ ਗੁਰਬਖਸ਼ਿਸ਼ ਜੀ ਪੋਲੀਟੈਕਨਿਕ ਕਾਲਜ ਦੇ ਵਿੱਚ ਪ੍ਰੋਫੈਸਰ ਨੇ, ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਸਪੈਸ਼ਲੀ ਵਲੰਟੀਅਰਸ ਨੂੰ ਐਨ ਐਸ ਐਸ ਬਾਰੇ ਦੱਸਿਆ ਗਿਆ, ਕਿਸ ਤਰ੍ਹਾਂ ਐਨ ਐਸ ਐਸ ਦੇ ਅੰਡਰ ਇਹ ਕੰਮ ਕਰ ਸਕਦੇ ਨੇ, ਕਿਸ ਤਰ੍ਹਾਂ ਇਹ ਰਾਸ਼ਟਰ ਦੇ ਲਈ ਰਾਸ਼ਟਰੀ ਸੇਵਾ ਯੋਜਨਾ ਰਾਸ਼ਟਰ ਲਈ ਹੈਲਪਫੁਲ ਹੋ ਸਕਦੀ ਹੈ। ਐਨ ਐਸ ਐਸ ਹੈ ਕੀ ਇਹਦੀ ਜ਼ਰੂਰਤ ਕਿਉਂ ਪਈ, ਕੀ ਗੱਲ ਸੀ? ਪਹਿਲਾਂ ਤਾਂ ਆਪਾਂ ਇੱਥੇ ਗੱਲ ਕਰੀਏ, ਕਿਉਂਕਿ ਅੱਜ ਆਪਾਂ ਕੈਂਪ ਲਾ ਰਹੇ ਹਾਂ, ਤੁਹਾਨੂੰ ਜਾ ਕੇ ਬਾਹਰ ਪੁੱਛ ਲਿਆ ਕਿਸੇ ਨੇ ਕਿ ਇਹਦਾ ਮਕਸਦ ਕੀ ਹੈ, ਕੀ ਗੱਲ ਹੈ, ਕਿੱਦਾਂ ਜ਼ਰੂਰਤ ਹੈ। 1969 ਦੇ ਵਿੱਚ ਐਨ ਐਸ ਐਸ ਦੀ ਸਥਾਪਨਾ ਕੀਤੀ ਗਈ। ਇਹ ਵੀਲ ਹੈ, 24 ਘੰਟੇ ਨਿਰੰਤਰਤਾ ਤੁਰਨਾ, ਲਾਈਫ ਤੁਰ ਰਹੀ ਹੈ, ਕਿਤੇ ਰੁਕੂਗੀ ਨਹੀਂ। ਕੋਨਾਰਕ ਟੈਂਪਲ, ਸਨ ਟੈਂਪਲ ਜਿਹਨੂੰ ਕਿਹਾ ਜਾਂਦਾ, ਉਹਦੇ ਰੱਥ ਦਾ ਜਿਹੜਾ ਵੀਲ ਹੈ ਉੱਥੋਂ ਲਿਆ ਗਿਆ। ਇਹਦੀਆਂ 8 ਜਿਹੜੀਆਂ ਭੁਜਾਵਾਂ ਨੇ ਉਹ ਸਾਡੇ 24 ਘੰਟਿਆਂ ਨੂੰ, 8 ਪਹਿਰਾਂ ਨੂੰ ਦਰਸਾਉਂਦੀਆਂ ਨੇ ਕਿ ਨਿਰੰਤਰਤਾ ਚੱਲ ਰਿਹਾ। ਫਿਰ ਇਹਦੇ 'ਚ ਰੈੱਡ, ਜਿਹਨੂੰ ਰੈੱਡ ਨਹੀਂ ਹੈਗਾ ਬੇਸਿਕਲੀ, ਉਹ ਸੈਫਰਨ ਕਲਰ ਹੈ। ਉਹ ਕੀ ਹੈ? ਉਹ ਯੂਥ ਦੇ ਬਲਬਲਿਆਂ ਦਾ ਰੰਗ ਹੈ, ਯੂਥ ਦੇ ਖੂਨ ਰੈੱਡ ਕਲਰ ਹੈ, ਉਹਨਾਂ ਜੋਸ਼ ਹੈ ਜਿਹੜਾ ਉਹਦਾ ਰੰਗ ਹੈ। ਬਲੂ ਕਲਰ ਹੈ, ਓਸ਼ਨ ਦੇ ਵਿੱਚ ਇੱਕ ਬੂੰਦ ਪਈ ਹੈ, ਉਹ ਦਿਖਾ ਰਹੀ ਹੈ ਕਿ ਜੋਸ਼ ਵੀ ਹੈ, ਪਰ ਜੋਸ਼ ਕਿੱਥੇ ਕੰਮ ਆਉਣਾ? ਸਾਰਾ ਕੁਛ ਸ਼ਾਂਤ ਕਰਨ ਦੇ ਲਈ, ਸਾਰੇ ਨੂੰ ਇੱਕ ਸੁਰਤਾ ਦੇ ਵਿੱਚ ਪਰੋਣ ਦੇ ਲਈ। ਉਹ ਆ ਰਾਸ਼ਟਰੀ ਸੇਵਾ ਯੋਜਨਾ। ਇਹਦਾ ਹਰ ਇੱਕ ਚੀਜ਼ ਦਾ ਮਕਸਦ ਹੈ, ਹਰ ਚੀਜ਼ ਦੀ ਗੱਲ ਹੈ। ਸੋ ਇਹ ਚੀਜ਼ਾਂ ਨੂੰ ਦੇਖ ਕੇ ਬੇਟਾ, ਜੇ ਅਸੀਂ ਕੈਂਪ ਲਾ ਲਿਆ, ਉਹਦੀ ਪ੍ਰਭਾਸ਼ਾ ਹੀ ਨਾ ਪੜ੍ਹੀ, ਅਸੀਂ ਕੁਛ ਵੀ ਕਰ ਲਿਆ, ਉਹਦੇ ਡੈਪਥ 'ਤੇ ਨਾ ਗਏ, ਫਿਰ ਸਾਡਾ ਕੋਈ ਫਾਇਦਾ? ਹੁਣ ਇਕੱਲੀ ਇਹ ਚੀਜ਼ ਨਹੀਂ, ਇਹਨਾਂ ਕੈਂਪਾਂ 'ਚ ਉੱਠਿਆ ਸੀ ਭਗਵੰਤ ਮਾਨ, ਇਹਨਾਂ ਕੈਂਪਾਂ 'ਚ ਉੱਠਿਆ ਸੀ ਸੁਰਜੀਤ ਬਿੰਦਰਖੀਆ। ਐਨ ਐਸ ਐਸ ਦੇ ਕੈਂਪਾਂ ਦੇ ਵਿੱਚ ਬੋਲੀਆਂ ਪਾਉਂਦਾ ਪਾਉਂਦਾ ਇੱਕ ਵਾਰ ਭੰਗੜੇ ਦੀਆਂ 8 ਟੀਮਾਂ ਨੱਚੀਆਂ, ਅਤੇ 8 ਨਾਲ ਸੁਰਜੀਤ ਬਿੰਦਰਖੀਆ ਨੇ ਭੰਗੜੇ ਦੀਆਂ ਬੋਲੀਆਂ ਪਾਈਆਂ। ਇਹ ਭੁੱਲ ਕੇ ਕਿ ਮੇਰੇ ਕਾਲਜ ਦੀ ਟੀਮ ਆ ਜਾਂ ਦੂਜੇ ਦੀ ਟੀਮ ਆ ਤੀਜੇ ਦੀ। ਰਾਸ਼ਟਰੀ ਸੇਵਾ ਯੋਜਨਾ ਦਾ ਜੋ ਇੰਨਾ ਵਧੀਆ ਔਰਗੇਨਾਈਜ ਕੀਤਾ ਗਿਆ ਕੈਂਪ, ਇਸ ਕੈਂਪ ਦਾ ਮਕਸਦ ਨਹੀਂ ਕੁਛ, ਇਹ ਨਹੀਂ ਹੈਗਾ ਕਿ ਜੀ ਖਾਣਾ ਬਣਿਆ, ਕਲਚਰਲ ਪ੍ਰੋਗਰਾਮ ਹੋਏ ਅਤੇ ਅਸੀਂ ਤੁਰ ਗਏ। ਇਹਦਾ ਸ਼ਡਿਊਲ ਬਣਦਾ, ਗਰੁੱਪ ਬਣਦੇ ਨੇ ਤੁਹਾਡੇ, ਅਤੇ ਗਰੁੱਪ ਉੱਦਾਂ ਦੇ ਬੰਦਿਆਂ ਦੇ ਬਣਦੇ ਨੇ ਜਿਨ੍ਹਾਂ ਦਾ ਆਪਸ 'ਚ ਕਦੇ ਮਿਲਵਰਤਨ ਨਹੀਂ ਹੁੰਦਾ, ਕਦੇ ਸਾਥ ਨਹੀਂ ਹੁੰਦਾ, ਕਦੇ ਉਹ ਨਹੀਂ ਹੁੰਦਾ। ਮੈਂ ਗਰੇਵਾਲ ਸਾਹਿਬ ਨਾਲ ਕੰਮ ਕਰਦਾ ਜਾਂ ਮੈਂ ਮੈਡਮ ਹੋਰਾਂ ਨਾਲ ਕੰਮ ਕਰਦਾ, ਸਾਡੀ ਐਸੋਸੀਏਸ਼ਨ ਪੁਰਾਣੀ ਹੈ, ਪਰ ਜੇ ਮੈਂ 4 ਨਵਿਆਂ ਨਾਲ ਕੰਮ ਕਰਦਾ ਤਾਂ ਮੈਨੂੰ ਪਤਾ ਲੱਗਦਾ ਕਿ ਉਹਨਾਂ ਨਾਲ ਮੈਂ ਕੰਮ ਕਿਵੇਂ ਕਰਦਾ। ਕੋਈ ਖਾਣਾ ਬਣਾਊਗਾ, ਕੋਈ ਸਫਾਈ ਦਾ ਕੰਮ ਕਰੂਗਾ, ਕੋਈ ਪਿੰਡ 'ਚ ਪ੍ਰੋਜੈਕਟ ਕਰੂਗਾ। ਦੇਖੋ ਕਿੰਨੇ ਪ੍ਰੋਜੈਕਟ ਹੋ ਸਕਦੇ, ਫਾਈਂਡ ਆਊਟ ਕਿ ਪਿੰਡ ਦੇ ਵਿੱਚ ਸੋਲਰ ਦੇ ਵਿੱਚ ਕਿੰਨੇ ਬੱਚੇ ਡਰੋਪ ਆਊਟ ਨੇ, ਕਿਹੜੇ ਪੜ੍ਹਾਈ ਛੱਡ ਕੇ, ਕਿਹੜੇ ਕਾਰਨ ਸੀ ਉਹਨਾਂ ਦੇ ਪੜ੍ਹਾਈ ਛੱਡ, ਕਿੰਨੇ ਬੱਚੇ ਨੇ ਜਿਹੜੇ ਕਿਤੇ ਨਾ ਕਿਤੇ ਨਸ਼ੇ ਨਾਲ ਜੁੜੇ ਹੋਏ। ਲੈਟ ਅਸ ਮੇਕ ਅ ਚਾਰਟ, ਡਾਟਾ ਤਿਆਰ ਕਰੀਏ ਪਿੰਡ ਚ, ਕਿਹੜੀਆਂ ਪਿੰਡ ਦੀਆਂ ਦਿੱਕਤਾਂ ਨੇ, ਕਿੱਥੇ ਗਲੀਆਂ ਨਾਲੀਆਂ ਸਾਫ਼ ਨਹੀਂ, ਦੂਜਾ ਨਹੀਂ, ਉਹ ਵੇਟ ਕਰ ਰਹੇ ਨੇ ਕਿ ਪ੍ਰਸ਼ਾਸਨ ਆਊਗਾ, ਸਫਾਈ ਕਰੂਗਾ, ਉਹਨਾਂ ਨੂੰ ਆਪਾਂ ਗੱਲ ਕਰੀਏ। ਸਵੱਛ ਭਾਰਤ ਦੀ ਗੱਲ ਚੱਲਦੀ ਹੈ ਤਾਂ ਨੋਟ ਕਰੀਏ ਕਿੰਨੇ ਕੁ ਲੋਕਾਂ ਨੂੰ ਆਪਾਂ ਜਾ ਕੇ ਜਾਗਰੂਕ ਕਰ ਸਕਦੇ ਹਾਂ, ਡੋਰ ਟੂ ਡੋਰ ਜਾ ਕੇ ਇੱਕ ਟੀਮ ਬਣੇ ਕਿ ਲਓ ਜੀ ਜੁੱਲਾ ਸੁਭਾ ਇੱਥੇ ਪਾਓ, ਸੁੱਭਾ ਇੱਥੇ ਪਾਓ। ਕਿੰਨੇ ਬਜ਼ੁਰਗ ਰਹਿ ਰਹੇ ਨੇ ਜਿਨ੍ਹਾਂ ਦੇ ਬੱਚੇ ਤਾਂ ਬਾਹਰ ਤੁਰ ਗਏ ਪਰ ਉਹ ਇੱਥੇ ਰੁੜ ਰਹੇ, ਅਸੀਂ ਉਹਨਾਂ ਦੇ ਇੱਕ ਚਾਰਟ ਤਿਆਰ ਕਰਨਾ। ਸਾਡੀ ਗੌਰਮੈਂਟ ਨਵੀਂ ਬਣੀ ਹੈ, ਉਹ ਵੀ ਕੁਛ ਨਾ ਕੁਛ ਸੋਚ ਰਹੀ ਹੋਊਗੀ ਕਰਨ ਲਈ, ਨਵੇਂ ਨਵੇਂ ਬਿਆਨ ਆ ਰਹੇ ਨੇ, ਕੁਛ ਹੋ ਰਿਹਾ। ਲੈਟ ਅਸ ਕਿ ਅਸੀਂ ਇੱਕ ਉਹਨਾਂ ਨੂੰ ਰਿਪੋਰਟ ਦਈਏ ਕਿ ਆਹ ਰਿਪੋਰਟ ਆ ਜੀ, ਤੁਸੀਂ ਇੱਥੇ ਆ ਕੇ ਵਰਕ ਕਰੋ, ਆਹ ਤਾਂ ਇੱਕ ਪਟਿਆਲੇ ਦੀ ਜੜ੍ਹ 'ਚ ਪਿੰਡ ਹੈ, ਇਸ ਤੋਂ ਅੱਗੇ ਵਾਲੇ ਪਿੰਡਾਂ ਦਾ ਹਾਲ ਪਤਾ ਨਹੀਂ ਕੀ ਹੋਣਾ। ਤੁਸੀਂ ਆਪਣੇ ਪਿੰਡ ਦੇ ਬੱਚਿਆਂ ਦੀ ਰਿਪੋਰਟ ਤਿਆਰ ਕਰੋ, ਆਲੇ ਦੁਆਲੇ। ਬਹੁਤ ਬਹੁਤ ਥੈਂਕਸ ਕਰਾਂਗੇ, ਕਿਉਂਕਿ ਉਹਨਾਂ ਨੇ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਦਿੱਤੀ, ਜੋ ਮਤਲਬ ਕਿ ਪਹਿਲਾਂ ਤਾਂ ਜੋ ਲੋਗੋ ਸੀਗਾ ਵੀਲ ਬਾਰੇ ਕੀ ਹੈ ਨਾ, ਉਹ ਤਾਂ ਬਿਲਕੁਲ ਨਹੀਂ ਪਤਾ ਸੀਗਾ। ਮੇ ਬੀ ਸਾਰਿਆਂ ਨੂੰ, ਮਤਲਬ ਸਾਰਿਆਂ ਨੂੰ ਨਹੀਂ ਪਤਾ ਹੁੰਦਾ, ਕਿਸੇ ਨੂੰ ਪਤਾ ਹੁੰਦਾ, ਬਟ ਆਪਾਂ ਨੂੰ ਇਵੇਂ ਨਹੀਂ ਕਰਨਾ ਚਾਹੀਦਾ ਵੀ ਉਹਨੂੰ ਨਹੀਂ ਪਤਾ ਜਾਂ ਨਹੀਂ, ਬਟ ਫਿਰ ਵੀ ਸਰ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਇਨਫੋਰਮੇਸ਼ਨ ਦਿੱਤੀ ਜੋ ਸਾਨੂੰ ਸਿੱਖਣ ਨੂੰ ਮਿਲੇ, ਨਹੀਂ ਪਤਾ ਸੀ। ਮੇਰਾ ਨਾਮ ਸਿਮਰਨਜੀਤ ਸਿੰਘ ਹੈ, ਮੈਂ ਫਸਟ ਟਾਈਮ ਇਹ ਐਨ ਐਸ ਐਸ ਦਾ ਕੈਂਪ ਲਗਾ ਰਿਹਾ, ਜੋ 7 ਡੇ ਡੇ ਨਾਈਟ ਕੈਂਪ ਹੈ, ਅਤੇ ਇੱਥੇ ਸਰ ਆਏ ਸੀਗੇ, ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਨੂੰ, ਬਹੁਤ ਮੋਟੀਵੇਟ ਵੀ ਕੀਤਾ, ਅਤੇ ਅੱਗੇ ਜਾ ਕੇ ਅਸੀਂ ਸੋਚਾਂਗੇ ਹੋਰ ਕਦਮ ਚੱਕਾਂਗੇ ਤਾਂ ਕਿ ਸਮਾਜ ਨੂੰ ਇੱਕ ਚੰਗੇ ਰਾਹ 'ਤੇ ਲੈ ਕੇ ਚੱਲੀਏ, ਅਤੇ ਜਿਹੜਾ ਯੂਥ ਅੱਜ ਕੱਲ੍ਹ ਨਸ਼ਿਆਂ ਵੱਲ ਹੋ ਰਿਹਾ ਜਾਂ ਬਾਹਰ ਜਾ ਰਿਹਾ, ਉੱਥੋਂ ਤੋਂ ਉਹਨੂੰ ਹਟਾ ਕੇ ਆਪਣੇ ਪੰਜਾਬ ਜਿਹੜਾ ਕਲਚਰ ਜਿਹੜਾ ਆਪਣੇ ਤੋਂ ਪਿਛੜ ਗਿਆ ਉਹਨਾਂ ਵੱਲ ਲੈ ਕੇ ਆਈਏ। ਮੈਂ ਆਪਣੇ ਆਪ ਨੂੰ ਭਾਗਣ ਵਾਲਾ ਮਹਿਸੂਸ ਕਰਦਾ,
करके राष्ट्रीय सेवा योजना के इस कैंप के आगाज़ मौके मैं याद किया गया। मैं बच्चों को यह सुनेहा देना चाहना कि राष्ट्रीय सेवा योजना का जो असल महत्व है, जिसका ये सैफरन कलर है जोड़ा वो प्रतीक है कि जोश का, तो जोड़ा नीला रंग है वो है कि एक सुरता का। वो सारे विद्यार्थियों मेरा यही सुनेहा है कि अपने जोश के नाल एक सुरता पैदा करते हुए जात पात धर्म तो उपर उठ के समाज दियां जिन्नियां बुराइयां ने उन्हां नूं खत्म करन दे लई आओ रल के कंबला मारीए। ये NSS कैंप यादगारी हो निबड़े क्योंकि इहदे विच्चों ही नवीं प्रतिभावां उभरनियां ने, नवा यूथ नूं एक सुनेहा मिलना है। सो मैं मुबारकबाद दिंदा कॉलेज के प्रिंसीपल मैडम नूं ते समूचे स्टाफ नूं जिन्हां ने एक पिंड नूं चुणिआ, पिंड नूं अडोप्ट कीता है ते उस पिंड दे विच इह कैंप लाया।